ਦੇਖੋ ਜਿਹੜੀ ਇਹ ਸਰਕਾਰ ਹੈ ਇਹ ਹਮੇਸ਼ਾ ਸਟੋਰੀ ਬਣਾਉਂਦੀ ਹੈ ਸਟੋਰੀ ਬਣਾਉਣ ਚ ਯਕੀਨ ਹੈ ਇੰਨੀ ਦੁਖਦਾਈ ਘਟਨਾ ਇਹ ਇੰਨੀ ਦੁਖਦਾਈ ਘਟਨਾ ਵਿਅਕਤੀ ਨੂੰ ਨੌਕਰੀ ਨਹੀਂ ਦਿੱਤੀ ਨੌਕਰੀ ਕਿਸੇ ਨੂੰ ਮਿਲੀ ਨਹੀਂ ਪੈਸੇ ਲਏ ਨਹੀਂ ਕੋਈ ਸਬੂਤ ਨਹੀਂ ਉਹ ਕਹਿੰਦਾ ਮੇਰੇ ਤੋਂ ਪੈਸੇ ਮੰਗੇ ਗਏ ਇਹ ਪੈਸੇ ਦੇਣ ਗਿਆ ਸੀ ਉਹ ਦੇਣ ਵਾਲਾ ਵੀ ਕਿਤੇ ਨਾ ਕਿਤੇ ਕ੍ਰਾਈਮ ਕਰ ਰਿਹਾ ਸੀ ਪੈਸੇ ਦੇਣੇ ਜਾਂ ਲੈਣੇ ਦੋਨੋਂ ਕ੍ਰਾਈਮ ਨੇ ਇਹਨਾਂ ਨੇ ਕਿਹਾ ਕਿ ਮੇਰੇ ਨਾਲ ਤਲਖੀ 'ਚ ਪੇਸ਼ ਆਏ ਚੰਨੀ ਸਾਹਿਬ ਜੇ ਚੰਨੀ ਸਾਹਿਬ ਤਲਖੀ 'ਚ ਪਏ ਪੈਸੇ ਲੈਣ ਵਾਲੇ ਤੋਂ 2 ਕਰੋੜ ਜਿਹਨੇ ਦੇਣਾ ਹੋਵੇ ਉਹਨੂੰ ਤਲਖੀ 'ਚ ਬੰਦਾ ਪੇਸ਼ ਨਹੀਂ ਉਹਨੂੰ ਖਵਾਉਂਦਾ ਹੈ ਪਿਆਉਂਦਾ ਹੈ ਭਾਉਂਦਾ ਹੈ ਉਹਨੂੰ ਗੱਲਾਂ ਬਾਤਾਂ ਕਰਦਾ ਫਿਰ ਅੱਜ ਮਾਨ ਸਾਹਿਬ ਨੇ ਇਹ ਗੱਲ ਕਹੀ ਕਿ ਮੈਂ ਇਸ ਮੁੰਡੇ ਨੂੰ ਨੌਕਰੀ ਦਿਆਂਗਾ ਕਿਉਂਕਿ ਇਹ ਤਾਂ ਨਹੀਂ ਕਿ ਮੁੰਡਾ ਨੌਕਰੀ ਲੈਣ ਦੇ ਝਾਸੇ ਦੇ ਵਿੱਚ ਇਹ ਸਾਰੀ ਸਟੋਰੀ ਰਚ ਗਿਆ ਯਾਰ 14 ਮਹੀਨਿਆਂ ਬਾਅਦ ਅਚਨਚੇਤ ਉਹ ਵੀ ਇੱਕ ਐਕਸਟਰਾ ਪਲੇਅਰ ਉੱਥੇ ਬੈਠਾ ਬੈਠੇ ਨੂੰ ਯਾਦ ਆ ਗਈ ਮੇਰੇ ਤੋਂ ਪੈਸੇ ਮੰਗੇ ਜਾ ਰਹੇ ਲੇਕਿਨ ਇਸ ਤਰ੍ਹਾਂ ਦੀ ਸਕ੍ਰਿਪਟਡ ਸਟੋਰੀ ਮੈਨੂੰ ਲੱਗਦਾ ਕਿ ਲੋਕਾਂ ਨੂੰ ਚੱਚਦੀ ਅਤੇ ਹਜ਼ਮ ਨਹੀਂ ਹੁੰਦੀ ਅਸਲ ਵਿੱਚ ਗੱਲ ਕੀ ਹੈ ਉਹ ਗੱਲ 'ਤੇ ਆਉਣਾ ਚਾਹੀਦਾ ਨਾ ਕਿ ਐਵੇਂ ਚੰਨੀ ਸਾਹਿਬ ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਖਿਡਾਰੀ ਨੂੰ ਸਾਹਮਣੇ ਲੈ ਕੇ ਆਏ ਜਿਸ ਤੋਂ ਸਾਬਕਾ ਮੁੱਖ ਮੰਤਰੀ ਚੰਨੀ ਦੇ ਭਤੀਜੇ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ ਲਗਾਈ ਗਈ ਸੀ ਅਤੇ ਇਸ ਦਰਮਿਆਨ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਚੰਨੀ ਅਤੇ ਉਹਨਾਂ ਦੇ ਭਤੀਜੇ ਜਸ਼ਨ ਤੇ ਵੀ ਕਈ ਸਾਰੇ ਇਲਜ਼ਾਮ ਲਗਾਏ ਇਸ ਤੋਂ ਬਾਅਦ ਹੁਣ ਸਿਆਸਤ ਪੂਰੀ ਤਰ੍ਹਾਂ ਭੱਖ ਚੁੱਕੀ ਹੈ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਾਬਕਾ ਮੁੱਖ ਮੰਤਰੀ ਚੰਨੀ ਦੇ ਹੱਕ ਵਿੱਚ ਖੜਦੇ ਹੋਏ ਵਿਖਾਈ ਦਿੱਤੇ ਨੇ ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਨੌਕਰੀ ਹੀ ਨਹੀਂ ਮਿਲੀ ਅਤੇ ਪੈਸੇ ਹੀ ਨਹੀਂ ਲਏ ਗਏ ਤਾਂ ਫਿਰ ਜੁਰਮ ਕਾਹਦਾ ਨਾਲ ਹੀ ਉਹਨਾਂ ਕਿਹਾ ਕਿ ਰਿਸ਼ਵਤ ਦੇਣ ਵਾਲਾ ਵੀ ਕਿਤੇ ਨਾ ਕਿਤੇ ਜੁਰਮ ਦਾ ਹੱਕਦਾਰ ਹੁੰਦਾ ਹੈ ਦੇਖੋ ਜਿਹੜੀ ਇਹ ਸਰਕਾਰ ਹੈ ਇਹ ਹਮੇਸ਼ਾ ਸਟੋਰੀ ਬਣਾਉਂਦੀ ਹੈ ਸਟੋਰੀ ਬਣਾਉਣ 'ਚ ਯਕੀਨ ਹੈ ਇਹ ਪਹਿਲਾਂ ਤੋਂ ਹੀ ਗਿਨੀ ਮਿਨੀ ਸਾਜਿਸ਼ ਸੀ ਕਿ 31 ਤਰੀਕ ਨੂੰ ਅਸੀਂ ਰੀਸ਼ਫਲ ਕਰਾਂਗੇ ਇਸੇ ਕਰਕੇ ਉਹਨਾਂ ਨੇ ਕਿਹਾ ਸੀ 31 ਤਰੀਕ ਨੂੰ ਅਸੀਂ ਉਹ ਬੰਦੇ ਸਾਹਮਣੇ ਲੈ ਕੇ ਆਵਾਂਗੇ ਜਿਨ੍ਹਾਂ ਤੋਂ ਰਿਸ਼ਵਤ ਸਾਹਿਬ ਦੇ ਭਤੀਜੇ ਨੇ ਮੰਗੀ ਹੈ ਕਿਉਂਕਿ ਕਈ ਦਿਨ ਪਹਿਲਾਂ ਸਟੋਰੀ ਰਚੀ ਜਾਂਦੀ ਹੈ ਫਿਰ ਸਟੋਰੀ ਦੇ ਮੁਤਾਬਕ ਇਹ ਸਰਕਾਰ ਰਿਐਕਟ ਕਰਦੀ ਹੈ ਅੱਜ ਸਭ ਤੋਂ ਵੱਡਾ ਮੁੱਦਾ ਕੀ ਸੀਗਾ ਪੰਜਾਬ 'ਚ ਅੱਜ ਲੋਕਾਂ ਨੇ ਸਵਾਲ ਕੀ ਕਰਨੀ ਸੀ ਅੱਜ ਚਰਚਾ ਕੀ ਹੋਣੀ ਸੀ ਅੱਜ ਮੀਡੀਆ ਚੈਨਲਸ 'ਤੇ ਪੈਨਲਿਸਟ ਜਿਹੜੇ ਬੈਠੇ ਹੋਣੇ ਸੀ ਉਹਨਾਂ 'ਚ ਚਰਚਾ ਇਹ ਹੋਣੀ ਸੀ ਕਿ ਨਿੱਜਰ ਤੋਂ ਅਸਤੀਫਾ ਕਿਉਂ ਲਿਆ ਕਿਸੇ ਪ੍ਰਕਾਰ ਦਾ ਕੋਈ ਇਲਜ਼ਾਮਤ ਨਹੀਂ ਸੀ ਕਿਸੇ ਪ੍ਰਕਾਰ ਦੀ ਕੋਈ ਡਿਮਾਂਡ ਨਹੀਂ ਸੀ ਕਿ ਨਿੱਜਰ ਸਾਹਿਬ ਨੂੰ ਲਾਇਆ ਜਾਵੇ ਇਸ ਦੇ ਬਾਵਜੂਦ ਵੀ ਪੜ੍ਹਿਆ ਲਿਖਿਆ ਵਿਅਕਤੀ ਮੈਂ ਸਮਝਦਾ ਕਿ ਨੰਬਰ 1 ਮਿਨਿਸਟਰ 'ਚੋਂ ਆਉਂਦੇ ਸੀ ਉਹਨਾਂ ਤੋਂ ਅਸਤੀਫਾ ਲੈ ਲਿਆ ਗਿਆ ਅਤੇ ਘਰ ਬਿਠਾ ਦਿੱਤਾ ਗਿਆ ਮਿਸਟਰ ਨਿੱਜਰ ਨੂੰ ਇਹ ਸਵਾਲ ਹੋਣਾ ਸੀ ਦੂਸਰਾ ਸਵਾਲ ਇਹ ਹੋਣਾ ਸੀ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਉਹ ਵਿਅਕਤੀ ਜਿਨ੍ਹਾਂ ਨੇ ਮੈਂ ਸਮਝਦਾ ਕਿ ਸਭ ਤੋਂ ਐਕਟਿਵ ਇੱਕ ਮੰਤਰੀ ਪੰਜਾਬ ਦਾ ਨਜ਼ਰ ਆਇਆ ਪਿਛਲੇ ਸਾਲ ਦੇ ਵਿੱਚ ਉਹ ਸੀ ਕੁਲਦੀਪ ਸਿੰਘ ਧਾਲੀਵਾਲ ਕਹਿੰਦਾ ਸੀ ਮੈਂ ਜ਼ਮੀਨ ਆ ਜਿਹੜਾ ਤੁਰਿਆ ਫਿਰਦਾ ਸੀ ਮੈਂ ਜ਼ਮੀਨ ਉੱਥੇ ਛੜਾ ਲਈ ਜਿਹੜਾ ਕਹਿੰਦਾ ਸੀ ਮੈਂ 1000 ਏਕੜ ਜ਼ਮੀਨ ਛੜਾ ਲਈ ਜੇ ਤੁਸੀਂ ਪਰਫੋਰਮੈਂਸ ਉਹ ਮੁਹਿੰਮ ਉਹਨਾਂ ਦੀ ਵਿੱਚ ਵਿਚਾਲੇ ਰਹਿ ਗਈ ਧਾਲੀਵਾਲ ਸਾਹਿਬ ਦੀ ਮੈਂ ਉਹਨਾਂ ਨੂੰ ਠੀਕ ਹੈ ਬੇਬਾਕ ਸੀ ਮਿਸਟਰ ਧਾਲੀਵਾਲ ਕਈ ਵਾਰੀ ਬਹੁਤ ਤਲਖੀ ਵਾਲੇ ਸ਼ਬਦ ਵੀ ਕਹਿ ਦਿੰਦੇ ਸਨ ਲੇਕਿਨ ਪਰਫੋਰਮੈਂਸ ਦੇਣ ਵਾਲਾ ਇੱਕ ਮਿਨਿਸਟਰ ਸੀ ਇਹ ਅੱਜ ਦੀ ਚਰਚਾ ਸੀ ਇਹ ਉਹਨਾਂ ਨੂੰ ਪਤਾ ਸੀ ਵੀ ਫਲਾਂ ਦਿਨ ਅਸੀਂ ਅਸਤੀਫਾ ਲੈਣਾ ਹੈ ਫਲਾਂ ਦਿਨ ਅਸੀਂ ਵਿਅਕਤੀਆਂ ਨੂੰ ਮੰਤਰੀ ਬਣਾਉਣਾ ਹੈ ਲੋਕਾਂ ਦੇ ਸਵਾਲ ਹੋਣਗੇ 2 ਸਵਾਲ ਅਹਿਮ ਸੁਣਗੇ ਅਤੇ ਕੋਈ ਨਾ ਕੋਈ ਸੰਸਨੀ ਫੈਲਾਈਏ ਤਾਂ ਜੋ ਲੋਕ ਅਸਲ ਮੁੱਦੇ ਤੋਂ ਹਟ ਕੇ ਅਤੇ ਇਸ ਮੁੱਦੇ 'ਤੇ ਆ ਜਾਣ ਇਸੇ ਕਰਕੇ ਉਹਨਾਂ ਨੇ 5 ਦਿਨ ਪਹਿਲਾਂ ਕਿਹਾ ਸੀਗਾ ਕਿ ਇੱਕ ਬੰਦੇ ਨੇ 2 ਲੱਖ ਰੁਪਇਆ ਰਿਸ਼ਵਤ ਮੰਗੀ ਮੈਨੂੰ ਉਹ ਮਿਲਿਆ ਫਿਰ ਉਹਨਾਂ ਨੇ ਕਿਹਾ ਕਿ ਮੈਂ ਬੰਦਾ ਪੇਸ਼ ਕਰਾਂਗਾ ਉਹਨਾਂ ਨੇ ਅੱਜ ਬੰਦਾ ਪੇਸ਼ ਕਰਦਾ ਤੁਸੀਂ ਸਭ ਤੋਂ ਵੱਡੀ ਵੇਖੋ ਕਿੰਨੀ ਦੁਖਦਾਈ ਘਟਨਾ ਇਹ ਕਿੰਨੀ ਦੁਖਦਾਈ ਘਟਨਾ ਵਿਅਕਤੀ ਨੂੰ ਨੌਕਰੀ ਨਹੀਂ ਦਿੱਤੀ ਨੌਕਰੀ ਕਿਸੇ ਨੂੰ ਮਿਲੀ ਨਹੀਂ ਪੈਸੇ ਲਏ ਨਹੀਂ ਕੋਈ ਸਬੂਤ ਨਹੀਂ ਉਹ ਕਹਿੰਦਾ ਮੇਰੇ ਤੋਂ ਪੈਸੇ ਮੰਗੇ ਗਏ ਅਤੇ ਪੈਸੇ ਦੇਣ ਗਿਆ ਸੀ ਉਹ ਦੇਣ ਵਾਲਾ ਵੀ ਕਿਤੇ ਨਾ ਕਿਤੇ ਕ੍ਰਾਈਮ ਕਰ ਰਿਹਾ ਸੀ ਪੈਸੇ ਦੇਣੇ ਜਾਂ ਲੈਣੇ ਦੋਨੋਂ ਕ੍ਰਾਈਮ ਨੇ ਉਹ ਵੀ ਉਹਨਾਂ ਦੇ ਭਤੀਜੇ ਨੂੰ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਤਲਖੀ 'ਚ ਪੇਸ਼ ਆਏ ਚੰਨੀ ਸਾਹਿਬ ਜੇ ਚੰਨੀ ਸਾਹਿਬ ਤਲਖੀ 'ਚ ਪਏ ਪੈਸੇ ਲੈਣ ਵਾਲੇ ਤੋਂ 2 ਕਰੋੜ ਜਿਹਨੇ ਦੇਣਾ ਹੋਵੇ ਉਹਨੂੰ ਤਲਖੀ 'ਚ ਬੰਦਾ ਪੇਸ਼ ਨਹੀਂ ਉਹਨੂੰ ਖਵਾਉਂਦਾ ਹੈ ਪਿਆਉਂਦਾ ਹੈ ਭਾਉਂਦਾ ਹੈ ਉਹਨੂੰ ਗੱਲਾਂ ਬਾਤਾਂ ਕਰਦਾ ਫਿਰ ਅੱਜ ਮਾਨ ਸਾਹਿਬ ਨੇ ਇਹ ਗੱਲ ਕਹੀ ਕਿ ਮੈਂ ਇਸ ਮੁੰਡੇ ਨੂੰ ਨੌਕਰੀ ਦਿਆਂਗਾ ਕਿਤੇ ਇਹ ਤਾਂ ਨਹੀਂ ਕਿ ਮੁੰਡਾ ਨੌਕਰੀ ਲੈਣ ਦੇ ਝਾਸੇ ਦੇ ਵਿੱਚ ਇਹ ਸਾਰੀ ਸਟੋਰੀ ਰਚ ਗਿਆ ਯਾਰ ਇੱਕ ਪਲੇਅਰ ਵਿਅਕਤੀ ਨੌਕਰੀ ਲੈਣ ਦੇ ਵਾਸਤੇ ਸਾਰੀ ਸਟੋਰੀ ਰਚਤੀ ਹੋਵੇ ਤੁਸੀਂ ਦੇਖੋ ਹਾਕੀ ਪਲੇਅਰ ਲਾਏ ਗਏ ਨੌਕਰੀਆਂ ਦਿੱਤੀਆਂ ਗਈਆਂ ਕਿਸੇ ਪ੍ਰਕਾਰ ਦੀ ਕੋਈ ਰਿਸ਼ਵਤ ਨਹੀਂ ਲਈ ਕਿਸੇ ਪ੍ਰਕਾਰ ਦੀ ਜਦ ਇਸ ਵਿਅਕਤੀ ਨੂੰ ਨੌਕਰੀ ਦੇ ਹੀ ਨਹੀਂ ਸਕਦੀ ਕੈਪਟਨ ਅਮਰਿੰਦਰ ਸਿੰਘ ਨੇ ਮਨਾ ਕਰਤਾ ਹਾਈਕੋਰਟ ਨੇ ਮਨਾ ਕਰਤਾ ਉਸ ਤੋਂ ਬਾਅਦ ਚੰਨੀ ਸਾਹਿਬ ਨੇ ਮਨਾ ਕਰਤਾ ਅਚਨਚੇਤ 14 ਮਹੀਨੇ ਬਾਅਦ ਚੱਲ 3 ਮਹੀਨੇ ਤਾਂ ਮੁੱਖ ਮੰਤਰੀ ਸੀ ਇਸ ਕਰਕੇ ਸ਼ਿਕਾਇਤ ਨਹੀਂ ਕੀਤੀ
जब उन्होंने होर व्यक्तियों के परिवार के इल्जाम लगे थी उदों ही शिकायत करता। 14 महीनों बाद अचनचेत वो भी एक एक्स्ट्रा प्लेयर उत्थे बैठा बैठे नूं याद आ गई मेरे तो पैसे मंगे जा रहे से। सानू कोई इतराज़ नहीं उस मुंडे नूं नौकरी दी जाए, लेकिन इस तरह की स्क्रिप्टिड स्टोरी मैनू लगता कि लोगों नूं चचदी ते हजम नहीं हुंदी। और फिर कानून की धारा दे विच किसे व्यक्ति ने जब कोई सबूत नहीं है किसी व्यक्ति दे जुबानी कलामी कह देने दे नाल भी मेरे तो पैसे मंगे गए हैं ज मेरे तो नौकरी दे पैसे जब नौकरी दिती नहीं। सो मैनू लगता कि एरा किसी प्रकार का कोई क्राइम बनता नहीं है। हाँ झूठिया स्टोरियां जिहड़ियां चलाउण दे विच तुसी लोग माहिर हो। अज दा मुद्दा यह है थोनू दसना पएगा कि निजर साहब नूं अस्तीफा क्यों लिया गया। अज दा मुद्दा यह है कि धालीवाल परफॉर्मिंग मिनिस्टर सीगा, धालीवाल साहब तो तुसी महकमा क्यों लिया गया, गल की है, असल विच गल की है, वो गल ते आना चाहिए ना कि एवें चन्नी साहब चन्नी साहब चन्नी साहब। जो चन्नी साहब की इनकुआरी चल रही है विजिलेंस तुसी हर व्यक्ति की खोली भी है इनकुआरी जो होना होएगा, लेकिन इस तरह स्क्रिप्टेड स्टोरी चला मैनू लगता कोई फायदा नहीं। मेरी ये बेनती है कि सानू इन्हां छोटियां गल्लां दे विच नहीं पैना चाहिए। कल नू कोई भी व्यक्ति खड़ा होकर किसी पर भी इल्जाम ला देगा ये सारा काम ही खराब हो जाएगा। आपां पहला कहिंदे हुंदे सी लोग सवाल नहीं करते, हुण लोग सवाल पुछदे है, उन्हां गल्लां दे जवाब थोने ही देने पैंदे। कई वारी तुसीं अचनचेत जिहनूं कह दिंदे हो कि असीं आ खोजांगे असीं MSP देंगे सारे फसलां ते, अज उह लोग भज गए आ पुछदे। सो उह गल नहीं करनी चाहीदी जिहड़ी गल रेलेवेंट ना होवे। मेरी ये बेनती है सरकार नूं इह कुछ नहीं करना चाहिए। तलीम ते तहजीब दे नाल हमेशा गल करदे आ, लेकिन मैनूं लगदा किते ना किते फ्रस्ट्रेशन है जिहड़ी उस जर सामने आ रही है। अज देखो तुसीं जाखड़ साहब बहुत सत्कारयोग ने, जाट कम्यूनिटी नूं संबंधित ने, जाट ने बेसिकली अबोर च बड़ी सत्कारयोग साडी बरादरी है उन्होंने रिप्रेजेंट करते हैं क्योंकि थोड़े जे लोग ने उत्थे अबोर दे विच, क्योंकि ज़्यादातर जाट समाज हरियाणे च है, ज़्यादातर जाट समाज राजस्थान च है, लेकिन बिल्कुल अबोर दे विच जां फाजिलका दे विच थोड़े जे, हालांकि वो कई बार ये भी कह देंगे कि मैं हिंदुओं नूं रिप्रेजेंट करदा, पर चलो कोई गल नहीं, बड़े सत्कारयोग ने। देखो तुसी अज जाट समाज दियां साडियां भैणां जिहड़ियां रैसलर ने कुड़ियां वह बेचारियां नूं फड़ फड़ के लत्तां तो जिहड़ियां कि गोल्ड मैडलिस्ट ने, अज वह गंगा दे विच आपदा मैडल सिट्टन गईआं ते उत्थे चलो डकैत साहब दे भरा ने वह मैडल नूं जिहड़ा उन्हां तों लै लिया भी असीं सिट्टन चलीआं, इहनां दा कोई फायदा नहीं जो उन्हां दी दुर्दशा हो रही है। हाँ वैसे तो बहुत एथिकल ने जाखड़ साहब, हमेशा ट्वीट करन च बड़े तेजी विखाउंदे ने, लेकिन वाई ऑन कांग्रेस? जाखड़ साहब इस ते स्थिति तय करनगे कि किसी की तुसी आपदे समाज दीआं औरतां दे नाल हैगे हो कि नहीं हैगे, उन्हां कुड़ियां नाल हैगे कि नहीं हैगे, उन्हां नाल गलत हो रहा कि सही हो रहा। कृपा करके एक बारी जंतर मंतर ते भी जाया, कृपा करके तुसी बहुत वार ट्वीट करके बेबाक हो के तुसी कांग्रेस च जदों हुंदे सी ट्वीट लिख दिंदे सी आपदे लोकां दे खिलाफ, बड़ा कुछ लिखिया तुसी आपदी सरकार दे हुंदे आ, बड़ा कुछ मंच ते बोलिया तुसी आपदी सरकार दे हुंदे आ, की थोड़े च इन्नी जरूरत हैगी है कि तुसी प्राइम मिनिस्टर मोदी नूं जां सरकार नूं कह सको कि साडी बरादरी दीआं कुड़ियां दे नाल जिहड़ियां देश दीआं उह धीआं धिआणियां जिन्हां ने मैडल लए है उहनां दे नाल गलत हो रहा, साडा सानूं चौधरी नकली फलाना साडे ते बड़ी आख्या क्यों, हुण उहनां नूं लगदा भी इह इहनां ने सारा काम जमा लिया, गल बणी नहीं उहनां दी, गल बणी नहीं है। सो इह सारी दी सारी फ्रस्ट्रेशन है, कृपा करके ज़रा इहदे ते जरूर जवाब देन, क्योंकि समाज के लोग पुछणगे कल नूं चौधरी साहब नूं, वो चौधरी कहिंदे ने उन्हां चौधरी साहब जाखड़ साहब नूं इह गल समाज के लोग हबोर के लोग पुछणगे कि असीं तुहानूं इत्थों जिता के भेजदे रहे, तुसीं साडे समाज दीआं धीआं धिआणियां जदों लड़ रहीआं सन उत्थे की तुसीं उन्हां दी आवाज़ बुलंद कीती कि तुहानूं कांग्रेस नज़र आ रही है,
उन्होंने डर पिया वे कि ना कि कुछ कट्ठे हो जाए जा कोई गलबात ना पाए अंदर डर सता रहे जाखड़ साहब फ्रस्ट्रेशन है और कुछ नहीं। इतने दसनयोग है कि सीएम मान के इल्जाम तो बाद सबका मुख्यमंत्री चन्नी ने भी प्रेस कॉन्फ्रेंस की थी। इस दरमियान वो अपने भतीजे जशन भी मीडिया सामने लेके आए नी नाल ही उन्होंने सीएम मान और खिडारी वालों लगाए सारे इल्जाम नकारे नाल ही उन्होंने ये गल आखी सी कि नौकरी बदले सीएम मान ने जरूर यह शर्त उस खिडारी अगे रखी होगी कि मेनू बदनाम किया जाए। निडर हां निरपक्ष रहांगे आजाद हां सच कहांगे गल करांगे सियासी हवा दी होणगे हुकमरानां नूं सिद्धे सवाल सब तो पहला पहुंचावांगे तुहाडे तक सिर्फ सच्ची खबर दसांगे कौन कर रहा है थोड़े ते सबर विदेशां च बैठे पंजाबियां दे हक दी करांगे गल कैनेडा दी हर सियासी खबर लेके आवांगे तुहाडे वल उभरांगे पंजाब दी आवाज बन के होणगे हर पहलू ते रोज चर्चे खोलांगे अंदरूनी राज बणांगे बुलंद आवाज खेड सिक्ख्या सेहत खेती दी बात पावांगे हर पिंड हर शहर जावांगे मनोरंजन नाल जुड़े कलाकारां नाल करवावांगे मुलाकात संघर्षां वाली जिंदगी ते मारांगे चाल की ने साडे कानून फर्ज ते अधिकार की करदी है साडी सरकार की है तुहाडी मुश्किल दा हल D5 चैनल पंजाबी दी कचहरी च होवेगी सिर्फ लोकां दी गल धर्म धरोहर सेहत और संस्कृति की होगी बात अब D5 चैनल हिंदी भी होगा सर D5 चैनल पंजाबी अपनी धरती अपने लोग सत श्री अकाल जी मैं हाँ कुलराज रंधावा ते तुसी वेख रहे हो D5 चैनल पंजाबी जिहड़ा लॉन्च हो चुका है हुण कैनेडा विच।